ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਪਿੰਡ ਨੌਸ਼ਹਿਰਾ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਕਈ ਏਕੜ ਕਣਕ ਦੀ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ। ਸਥਾਨਕ ਲੋਕਾਂ ਮੁਤਾਬਕ ਉਹਨਾਂ ਕਈ ਵਾਰ ਬਿਜਲੀ ਵਿਭਾਗ ਨੂੰ ਤਾਰਾਂ ਦੀ ਸਮੱਸਿਆ ਹੱਲ ਕਰਨ ਨੂੰ ਕਿਹਾ ਸੀ, ਪਰ ਕੁਝ ਨਹੀਂ ਕੀਤਾ ਗਿਆ। ਨਤੀਜਾ ਵੱਡਾ ਨੁਕਸਾਨ ਹੋ ਗਿਆ। ਪੀੜਤਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਾਈ ਹੈ। ਤੇ ਅੱਜ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਪਿੰਡ ਨੌਸ਼ਹਿਰੇ ਦੇ ਵਿੱਚ ਵਾਪਰੀ ਆ, ਤੇ ਵਾਪਰੀ ਕਿਹਦੇ ਕਰਕੇ, ਮੁਲਾਜ਼ਮਾਂ ਦੇ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਉਹਨਾਂ ਦੀ ਨਗੇਲੀ ਕਰਕੇ। ਉਹ ਤੁਸੀਂ ਦੇਖ ਸਕਦੇ ਜੇ ਉਧਰ ਕੈਮਰਾ ਤੁਹਾਨੂੰ ਦਿਖਾਓ ਕਿ ਵੇਖੋ, ਉਹਨਾਂ ਖੰਭਾ ਟੇਢਾ ਆ, ਤਾਰਾਂ ਉੱਤੋਂ ਦੀ ਲੰਘ ਰਹੀਆਂ। ਪਤਾ ਵੀ ਹੈ ਕਿ ਪੱਕੀ ਕਣਕ ਆ, ਇਹਦਾ ਕੋਈ ਨਾ ਕੋਈ ਜਿਹੜਾ ਹੱਲ ਕੀਤਾ ਜਾਵੇ। ਤੇ ਦੂਸਰੇ ਨੰਬਰ ਤੇ ਸਾਰੇ ਪਿੰਡ ਵਾਲਿਆਂ ਨੇ ਵੇਖੋ ਜਿਹੜੀ ਅੱਗ ਨੂੰ ਕੰਟਰੋਲ ਕੀਤਾ, ਤੇ ਉੱਥੇ ਸਰਕਾਰ ਕੀ ਕਰ ਰਹੀ ਆ? ਸਰਕਾਰ ਸੁੱਤੀ ਆ। ਫਿਰ ਫਾਇਰ ਬ੍ਰਿਗੇਡ ਦੀ ਗੱਡੀ ਆਈ ਆ, ਉਹ ਗੱਡੀ ਦੇਖੋ ਆਈ ਆ, ਤੇ ਗੱਡੀ ਨੇ ਮੇਰੇ ਖਿਆਲ ਨਾਲ ਇੱਕ ਬਾਲਟੀ ਪਾਣੀ ਵੀ ਨਹੀਂ ਕਹਿੰਦੇ ਕੱਢਿਆ। ਤੁਸੀਂ 500 ਬੰਦਾ ਪਿੰਡ ਦਾ ਜਿਹੜਾ ਨਾਲ ਅੱਗ ਬੁਝਾ ਰਿਹਾ ਸੀ, ਤੁਸੀਂ ਉਹਨਾਂ ਕੋਲ ਪੁੱਛ ਸਕਦੇ ਜੇ, ਪਰ ਇਹ ਕਿੱਡੀ ਵੱਡੀ ਜਿਹੜੀ ਸਰਕਾਰ ਦੀ ਨਗੇਲੀ ਆ। ਆਹ ਤਾਰਾਂ ਦੇ ਉੱਪਰ ਜਿਹੜੀਆਂ ਸਿਰ ਦੇ ਉੱਪਰ ਨੇ ਮੇਰੇ, ਇੱਥੋਂ ਸਪਾਰਕ ਨਿਕਲਿਆ ਹੈ, ਤੇ ਸੀਜ਼ਨ ਹੋਣ ਕਾਰਨ ਇੱਥੇ ਜਿਹੜੇ ਮੌਕੇ ਦੇ ਉੱਤੇ ਬੰਦੇ ਕੰਮ ਕਰ ਰਹੇ ਲਾਗੇ, ਉਹਨਾਂ ਨੇ ਬੜਾ ਜ਼ੋਰ ਲਾਇਆ ਅੱਗ ਦੇ ਕੰਟਰੋਲ ਕਰਨ ਦਾ। ਇੱਥੋਂ ਅੱਗ 4-5 ਏਕੜ ਚੌੜੀ ਹੋ ਕੇ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ, ਤੁਸੀਂ ਫੋਕਸ ਕਰੋਗੇ, ਜਿੱਥੋਂ ਤੱਕ ਨਜ਼ਰ ਆਉਂਦੀ ਆ ਸਾਰਾ ਇਲਾਕਾ ਸੜ ਚੁੱਕਾ ਹੈ। ਇਹਦੇ ਵਿੱਚ ਕਈ ਕਿੱਲੇ ਕਣਕ ਦੇ ਸੀ, ਬਹੁਤ ਸਾਰਾ ਜਿਹੜਾ ਕਣਕ ਦਾ ਨੁਕਸਾਨ ਹੋ ਚੁੱਕਾ ਹੈ। ਲਗਭਗ 18-20 ਏਕੜ ਨੇ ਜਿਨ੍ਹਾਂ ਵਿੱਚ ਕੁਛ ਕਿੱਲੇ ਨਾੜਦੇ ਨੇ, ਬਕਾਇਆ ਕਣਕ ਹੈ, ਸਾਰਾ ਸੜ ਕੇ ਸਵਾਹ ਹੋ ਚੁੱਕਾ ਹੈ ਵਿੱਚ ਉਹਦੇ। ਇਹ 6 ਮਹੀਨਿਆਂ ਦੀ ਸਾਡੀ ਕਿਰਤ ਹੈ ਜੀ, ਜਿਹੜੀ ਸੜ ਗਈ ਹੈ ਸਾਡੀ ਅੱਖਾਂ ਦੇ ਸਾਹਮਣੇ, ਅਤੇ ਅਸੀਂ ਇਹ ਬਿਜਲੀ ਬੋਰਡ ਦੀ ਅਣਗਹਿਲੀ ਨਾਲ ਵਾਪਰੀ ਹੈ, ਮੰਦਭਾਗੀ ਘਟਨਾ ਜਿਹੜੀ ਆ। ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ, ਬਚਾਅ ਹੋ ਗਿਆ, ਬਾਕੀ ਜਿਹੜੀ ਬਨਸਪਤੀ ਆ ਕੁਛ ਵੀ ਨਹੀਂ ਰਹਿ ਗਿਆ ਫਸਲ ਦਾ ਮੌਕੇ ਦੇ ਉੱਤੇ। ਅਤੇ ਇਹ ਬਿਜਲੀ ਬੋਰਡ ਕੋਲੋਂ ਅਸੀਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਦੀ ਬੇਨਤੀ ਕਰਦੇ ਹਾਂ ਕਿ ਸਾਨੂੰ ਇਹਦਾ ਕੰਪਨਸੇਸ਼ਨ ਦਵਾਇਆ ਜਾਵੇ, ਜੋ ਵੀ ਸਾਡਾ ਬਣਦਾ ਹੈ, ਕਿਉਂਕਿ ਅਣਗਹਿਲੀ ਕਿਸੇ ਦੀ ਆ, ਨੁਕਸਾਨ ਕਿਸੇ ਦਾ, ਅਤੇ ਜਿਹਨੇ ਅਣਗਹਿਲੀ ਕੀਤੀ ਆ ਨੁਕਸਾਨ ਵੀ ਉਹਨੇ ਹੀ ਭਰਨਾ ਹੈ। ਬੜੀ ਗੱਲ ਸਪਸ਼ਟ ਅਤੇ ਸਾਫ਼ ਆ। ਇਹ ਜਿਹੜੇ ਨਾਲ ਮੇਰੇ ਦੂਸਰੇ ਪਿੰਡ ਦੇ ਸਰਪੰਚ ਨੇ, ਸਾਬਕਾ ਸਰਪੰਚ ਨੇ ਇਸ ਵੇਲੇ ਸਤਾਰ ਮਲੂਕ ਸਿੰਘ ਹੋਣੀ, ਉਹ ਠੇਕੇ 'ਤੇ ਜ਼ਮੀਨ ਵਾਹੁੰਦੇ ਨੇ, ਬਹੁਤ ਜ਼ਿਆਦਾ ਉੱਚੇ ਰੇਟਾਂ 'ਤੇ ਠੇਕੇ 'ਤੇ ਜ਼ਮੀਨ ਵਾਹੀ ਹੋਈ ਉਹਨਾਂ ਨੇ, ਉਹਨਾਂ ਦਾ ਵੀ ਸਾਰਾ ਨੁਕਸਾਨ ਹੋ ਚੁੱਕਾ ਹੈ ਇਸ ਵੇਲੇ। ਉਹ ਠੇਕੇਦਾਰ ਜਿਹੜੇ ਨੇ ਚੁੱਕ ਚੁਕਾ ਕੇ ਰੁਪਈਏ ਦਿੱਤੇ ਹੁੰਦੇ ਨੇ ਐਡਵਾਂਸ, ਤਾਂ ਬਹੁਤ ਬੁਰੀ ਹਾਲਤ ਆ। ਕੋਈ ਮੇਰੀ ਕਣਕ ਜਿਹੜੀ ਆ, ਮੇਰੀ ਮਾਲਕੀ ਆ ਪਰਲੇ ਬੰਨੇ, ਲਗਭਗ 5 ਏਕੜ ਕਣਕ ਮੇਰੀ ਸੜ ਚੁੱਕੀ ਆ। ਨੁਕਸਾਨ ਹੋ ਗਿਆ ਭਾਈ ਵੀਰ ਜੀ? 5-5 ਏਕੜ ਕਣਕ ਮੇਰੀ ਸੜ ਚੁੱਕੀ ਆ, ਬਾਕੀ ਮੇਰੇ ਆਉਂਦੇ ਤੱਕ ਕੁਛ ਕਾਫੀ ਏਕੜ ਇਹਨਾਂ ਦੇ ਸੜ ਚੁੱਕੇ ਆ ਲਾਗੋਂ ਵੀਰਾਂ ਦੇ ਵਿੱਚ। ਇਹਦੇ ਅੰਦਾਜ਼ਾ ਕੋਈ 25-26 ਏਕੜ ਥਾਂ ਸੜ ਕੇ ਸਵਾਹ ਹੋ ਚੁੱਕਾ ਹੈ। ਤੁਸੀਂ ਫੋਕਸ ਕਰ ਸਕਦੇ ਹੋ ਪਿੱਛੋਂ ਜਦੋਂ ਤੱਕ ਤੁਹਾਡੀ ਨਜ਼ਰ ਜਾਂਦੀ ਆ, ਸਾਰਾ ਇਲਾਕਾ ਸੜਿਆ ਹੈ, ਐਸ ਕੰਧ ਤੋਂ ਲੈ ਕੇ ਉਹ ਨੌਸ਼ਹਿਰਾ ਪਿੰਡ ਦੀ ਫਿਰਨੀ ਤੱਕ।